ਇਹ ਸਾਡੀ ਜਿਹੜੀ ਮਾਨਸਿਕਤਾ ਹੈਗੀ ਆ ਭਾਰਤੀ ਲੋਕਾਂ ਦੀ, ਪੰਜਾਬੀ ਲੋਕਾਂ ਦੀ, ਇਹ ਬੜੀ ਖਤਰਨਾਕ ਵੀ ਹੈ। ਲਾਈ ਲੱਗ ਹੋਣਾ, ਸਤਿਗੁਰਾਂ ਨੇ ਕਿਹਾ ਆਪਣੇ ਮਨ ਬਦਲਣਾ। ਮਨ ਤੁਹਾਡੇ ਫੁਰਨੇ ਨੇ, ਤੁਹਾਡੇ ਵਿਚਾਰ ਨੇ। ਜਿਹੜੀ ਮੈਂ ਗੱਲ ਕੀਤੀ ਸੀ ਨਾ, ਇੱਕ ਕਹਿੰਦਾ ਮੇਰਾ ਚਿੱਤ ਨਹੀਂ ਮੰਨਦਾ। ਜਦੋਂ ਅਸੀਂ ਫੁਰਨਿਆਂ ਨੂੰ ਵਾਰ ਵਾਰ ਚੇਤੇ ਵਿੱਚ ਲਿਆਉਂਦੇ ਹਾਂ, ਉਹਨੂੰ ਅਸੀਂ ਚਿੱਤ ਕਹਿੰਦੇ ਹਾਂ। ਜਿਹੜਾ ਚਿੱਤ ਸਾਡੇ ਫੁਰਨਿਆਂ ਨੂੰ ਮੰਨ ਕੇ ਪੱਕਾ ਹੋ ਜਾਂਦਾ, ਉਹਨੂੰ ਅਸੀਂ ਬੁੱਧ ਕਹਿੰਦੇ ਹਾਂ। ਤੇ ਬੁੱਧ ਜੋ ਸਾਡੀ, ਉਹ ਸਾਡੀ ਸ਼ਖਸੀਅਤ ਹੈ, ਜੋ ਸਾਡੀ ਅਕਲ ਹੈ, ਜੋ ਸਾਡੀ ਸੋਚ ਹੈ, ਉਹ ਸਾਡੀ ਸ਼ਖਸੀਅਤ ਹੈ। ਇਸ ਲਈ ਇਹ ਸ਼ਬਦ ਅਸੀਂ ਮਨ ਚਿੱਤ ਬੁੱਧ, ਦਿਲ ਕੇਵਲ ਬਲੱਡ ਨੂੰ ਪੰਪ ਕਰਦਾ, ਇਹ ਹੋਰ ਕੁਛ ਨਾ ਸੋਚਦਾ, ਨਾ ਸਮਝਦਾ, ਨਾ ਇਹ ਉੱਤਰ ਦੇ ਸਕਦਾ। ਖੈਰ, ਹੁਣ ਇਹ ਮਨ ਬਹੁਤ ਸਾਰੇ ਪ੍ਰਭਾਵ ਕੁੰਡਲੀ ਬੈਠਾ। ਤੁਸੀਂ ਸਵਾਲ ਕਰ ਸਕਦੇ ਹੋ ਕਿ ਮੰਗਲਵਾਰ ਮਾੜਾ ਅਸੀਂ ਥੋੜਾ ਬਣਾਇਆ, ਇਹ ਤਾਂ ਸਾਡੇ ਜਨਮ ਤੋਂ ਪਹਿਲਾਂ ਦਾ ਭਰਮ ਹੈ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇਹ ਵੀਰਵਾਰ ਸ਼ਨੀਵਾਰ ਦੇ ਭਰਮ ਅਸੀਂ ਥੋੜਾ ਬਣਾਏ ਨੇ, ਇਹ ਤਾਂ ਸਾਡੇ ਜਨਮ ਤੋਂ ਧਰਤੀ ਤੇ ਆਉਣ ਤੋਂ ਪਹਿਲਾਂ ਦੇ ਬਣੇ ਹੋਏ ਨੇ। ਬਹੁਤ ਕੁਝ ਗਲਤ ਵੀ ਦੁਨੀਆਂ ਵਿੱਚ ਹੁੰਦਾ। ਅਸੀਂ ਹੁਣ ਤੱਕ ਚੰਦ ਨੂੰ ਮਾਮਾ ਕਹਿੰਦੇ ਹਾਂ, ਧਰਤੀ ਨੂੰ ਮਾਂ ਕਹਿੰਦੇ ਹਾਂ। ਜਿਹੜੇ ਲੋਕ ਚੰਦਰਮਾ ਦੇ ਚਲੇ ਗਏ, ਉਹ ਕਹਿੰਦੇ ਵੀ ਇੱਕ ਗ੍ਰਹਿ ਹੈ, ਇੱਥੇ ਵੀ ਇੱਕ ਮਿੱਟੀ ਹੈ। ਅਸੀਂ ਧਰਤੀ ਤੇ ਖੜੇ ਦੇਖਦੇ ਸ਼ਾਇਦ ਚੰਦ ਇੰਨਾ ਕੀ ਹੈ ਜਿੰਨਾ ਕਿ ਬਲਬ ਜਗਦਾ ਹੈ। ਦਰਅਸਲ ਉਹ ਇੱਕ ਧਰਤੀ ਹੈ, ਉੱਥੇ ਮਿੱਟੀ ਹੈ, ਉੱਥੇ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਚੰਦਰਮਾ ਦੀ ਰੋਸ਼ਨੀ ਜਿਹੜੀ ਸਾਨੂੰ ਦਿਸਦੀ ਹੈ, ਚੰਦਰਮਾ ਦੀ ਆਪਣੀ ਰੋਸ਼ਨੀ ਕੋਈ ਨਹੀਂ ਹੈ। ਜਿਹੜੇ ਲੋਕ ਚੰਦਰਮਾ ਤੇ ਚਲੇ ਗਏ, ਨਾ ਉਹ ਚੰਦ ਨੂੰ ਮਾਮਾ ਕਹਿਣਗੇ, ਨਾ ਉਹ ਇਹ ਸਮਝਣਗੇ ਕਿ ਚੰਦ ਕੋਈ ਇੰਨਾ ਕੁ ਆਕਾਰ ਹੈਗਾ। ਉਹਨਾਂ ਦੀ ਸੋਚ ਬਦਲ ਜਾਏਗੀ। ਸਤਿਗੁਰਾਂ ਦੇ ਬਾਣੀ ਵਿੱਚ ਸਾਨੂੰ ਅਨੁਭਵ ਪ੍ਰਕਾਸ਼ ਦਿੱਤਾ। ਗੁਰੂ ਸਾਹਿਬਾਂ ਨੇ ਇਸ ਪਖੰਡ ਕਰਮ ਨੂੰ ਕਿਤੇ ਨਹੀਂ ਮੰਨੇ, ਨਾ ਕਿਸੇ ਕਬਰ ਨੂੰ, ਨਾ ਮੜੀ ਨੂੰ। ਭੂਤ ਪ੍ਰੇਤ ਕੀ ਹੈ ਤੁਹਾਡਾ ਸਵਾਲ? ਸਭ ਤੋਂ ਗੰਭੀਰ ਜਿਹੜਾ ਨਾ ਸਾਡੇ ਪੰਜਾਬ ਦਾ ਇਹ ਸਵਾਲ ਹੈ। ਮੈਂ ਬਹੁਤ ਸਾਰੇ ਮਰੀਜ਼ਾਂ ਦੀ ਕੌਂਸਲਿੰਗ ਕੀਤੀ ਹੈ। ਕੌਂਸਲਿੰਗ ਕਰਨੀ ਅਸੀਂ ਕਹਿੰਦੇ ਹਾਂ, ਅਸੀਂ ਭੂਤ ਵਾਲੇ ਮਰੀਜ਼ ਨਾਲ ਗੱਲਾਂ ਬਾਤਾਂ ਕਰਦੇ ਹਾਂ ਵੀ ਇਹ ਇਸ ਤਰ੍ਹਾਂ ਬੋਲਦਾ ਕਿਉਂ ਆ, ਇਹ ਸਿਰ ਕਿਉਂ ਘੁਮਾਉਂਦਾ, ਇਹ ਚੁੱਪ ਕਿਉਂ ਆ, ਇਹ ਅਵਾ ਤਵਾ ਕਿਉਂ ਬੋਲਦਾ। ਅਸਲ ਵਿੱਚ ਇਹ ਮਾਨਸਿਕ ਰੋਗੀ ਹੁੰਦੇ ਆ। ਮੈਂ ਤਕਰੀਬਨ 100 ਦੇ ਕਰੀਬ ਮਰੀਜ਼ਾਂ ਦੇ ਨਾਲ ਵਾਸਤਾ ਪਿਆ, ਜਿਹਨੂੰ ਲੋਕ ਕਹਿੰਦੇ ਸਨ ਭੂਤ ਚਿੰਬੜਿਆ, ਪ੍ਰੇਮ ਚਿੰਬੜਿਆ ਜੀ, ਕਬਰਾਂ ਵਿੱਚ ਦੀ ਲੰਘ ਗਿਆ ਜੀ, ਫਲਾਨੇ ਦੇ ਦਿਨ ਕੇਸੀ ਇਸ਼ਨਾਨ ਕਰ ਲਿਆ ਹੋਣਾ। ਦਰਅਸਲ ਗੱਲ ਇਹ ਨਹੀਂ ਹੈ। ਇੱਕ ਤਾਂ ਸਾਡੇ ਡਰਾਉਣ ਦਾ ਢੰਗ ਜਿਹੜਾ ਪੰਜਾਬੀਆਂ ਦਾ, ਅਸੀਂ ਤੁੱਕੇ ਦੇ ਫਾਰਮੂਲੇ ਨਾਲ ਜਿਉਂਦੇ ਹਾਂ। ਅੱਜ ਵੀ ਲੁਧਿਆਣੇ ਜ਼ਿਲ੍ਹੇ 'ਚ ਛਪਾਰ ਦਾ ਮੇਲਾ ਲੱਗਦਾ, ਉੱਥੇ ਸੱਪਾਂ ਦੀ ਪੂਜਾ ਹੁੰਦੀ ਹੈ, ਤੇ ਜਰਗ ਦਾ ਮੇਲਾ ਜਗਰਾਉਣ ਦੇ ਲਾਗੇ ਇੱਕ ਇਲਾਕੇ 'ਚ ਲੱਗਦਾ ਜਿੱਥੇ ਖੋਤਿਆਂ ਦੀ ਪੂਜਾ ਹੁੰਦੀ ਹੈ। ਇਹ ਪੂਜਾ ਸੈਂਕੜੇ ਸਾਲਾਂ ਤੋਂ ਹੋ ਰਹੀ ਹੈ। ਛਪਾਰ ਦੇ ਮੇਲੇ 'ਤੇ ਲੋਕ ਸੱਪ ਪੂਜਦੇ ਆ, ਉਹ ਕਹਿੰਦੇ ਸੱਪ ਕੋਈ ਗੁੱਗਾ ਪੀਰ ਹੈ, ਸਾਡਾ ਕੋਈ ਦੇਵਤਾ ਹੈ। ਅੱਜ ਦੀ ਖੋਜ ਇਹ ਕਹਿੰਦੀ ਹੈ 3200 ਜਾਤੀਆਂ ਨੇ ਸੱਪਾਂ ਦੀਆਂ, ਉਹਨਾਂ ਵਿੱਚੋਂ 5% ਸੱਪ ਜ਼ਹਿਰੀਲੇ ਨੇ, ਬਾਕੀ ਡਿੱਡੂਆਂ ਕਿਰਲੀਆਂ ਵਰਗੇ ਨੇ। ਚਾਹੇ ਡਿੱਡੂਆਂ ਕਿਰਲੀਆਂ ਕਹਿ ਲਓ, ਚਾਹੇ ਉਹਨਾਂ ਨੂੰ ਸੱਪ ਕਹਿ ਲਓ, ਕੋਈ ਫਰਕ ਨਹੀਂ ਆ। ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਲੋਕ ਸੱਪ ਖਾਂਦੇ ਨੇ। ਮੈਂ ਚੀਨ ਦੇ ਵਿੱਚ ਤਕਰੀਬਨ 1993 'ਚ ਗਿਆ ਸੀ। ਚੀਨ ਦੇ ਬਾਜ਼ਾਰਾਂ 'ਚ ਸੱਪ ਵਿਕਦੇ ਨੇ ਔਰ ਚੀਨੇ ਲੋਕ ਸੱਪ ਖਾਂਦੇ ਨੇ। ਤਕਰੀਬਨ 1500 ਰੁਪਏ ਦਾ ਸੱਪ ਸੀ। ਅੱਜ ਤੋਂ ਇਹ 15-7 ਤਕਰੀਬਨ 22 ਪੁਰਾਣੀ ਗੱਲ ਹੈ, ਜਦੋਂ ਮੈਂ ਚੀਨ ਦੇ ਬਾਜ਼ਾਰਾਂ ਵਿੱਚ 1500 ਦਾ ਸੱਪ ਖਰੀਦਦੇ ਚੀਨੇ ਲੋਕ ਵੇਖੇ। ਉਹਦਾ ਪਿੱਤਾ ਵੀ ਪੀ ਜਾਂਦੇ ਆ, ਸੱਪ ਵੀ ਖਾ ਜਾਂਦੇ ਆ। ਜਿਵੇਂ ਘਰਾਂ 'ਚ ਲਿਆ ਕੇ ਲੋਕ ਪਨੀਰ ਖਾਂਦੇ ਨੇ ਜਾਂ ਮੁਰਗਾ ਖਾ ਲੈਂਦੇ ਨੇ, ਉਹ ਸੱਪ ਖਾਣਾ ਉਹਨਾਂ ਦਾ ਸੱਭਿਆਚਾਰ ਹੈ। ਮੇਰੇ ਨਾਲ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਵੀ ਸੀ, ਭਾਦੋਂ ਦਾ ਮਹੀਨਾ ਸੀ। ਮੈਂ ਕਿਹਾ ਦੇਖ ਆਪਣੇ ਲੋਕ
6 ਫੁੱਟ ਦੇ ਹੋਣਗੇ। ਇਹ ਉਹ ਜਾ ਕੇ ਸਵਾਸ ਦੇ ਵੇਲੇ ਦੇ ਖੁੱਡਾਂ ਦੀ ਪੂਜਾ ਕਰਨ ਡਏ ਨੇ। ਆਹ ਚੀਨੇ ਸਾਰੇ 3.5-3 ਫੁੱਟ ਦੇ ਨੇ, ਇਹ 4-4 ਸੱਪ ਰਜਾਨਾ ਖਾ ਜਾਂਦੇ ਨੇ। ਜੇ ਉੱਥੇ ਗੁੱਗਾ ਪੀਰ ਹੈਗਾ ਤੇ ਗੁੱਗਾ ਪੀਰ ਕਿਉਂ ਨਹੀਂ ਹੈਗਾ? ਇਹ ਸਾਡੀ ਧਰਤੀ ਦਾ ਭਰਮ ਹੈ। ਅਸੀਂ ਇੱਕ ਬਿਮਾਰੀ ਦੇ ਨਾਂ ਤੇ ਪੋਤੇ ਪੂਜਦੇ ਹਾਂ ਜਿਹਨੂੰ ਜਰਗ ਦਾ ਮੇਲਾ ਕਹਿੰਦੇ ਆ। ਜਿਹਨਾਂ ਦਿਨਾਂ ਵਿੱਚ ਬਿਮਾਰੀ ਪੈਦਾ ਹੁੰਦੀ ਸੀ ਸਾਡੇ ਲੋਕਾਂ ਨੂੰ ਸਮਝ ਨਹੀਂ ਸੀ। ਇਹਨਾਂ ਨੇ ਕਿਸੇ ਨੇ ਕਿਹਾ ਮਾਤਾ ਨਿਕਲਦੀ ਹੈ, ਕਿਸੇ ਨੇ ਕਿਹਾ ਸੀਤਲਾ ਦਾ ਕਹਿਰ ਆ। ਅੰਗਰੇਜ਼ਾਂ ਨੇ ਇੰਜੈਕਸ਼ਨ ਲਾਏ, ਉਹ ਕਹਿੰਦੇ ਛੋਟੇ ਫੋੜੇ ਨੇ, ਉਹਨਾਂ ਨੇ ਇਹਦਾ ਨਾਂ ਸਮਾਲ ਪੌਕਸ ਰੱਖਿਆ। ਅੱਜ ਵੀ ਸਾਡਾ ਮੈਡੀਕਲ ਸਾਇੰਸ ਵਿੱਚ ਇਹੋ ਨਾਂ ਆ, ਸਮਾਲ ਪੌਕਸ, ਚਿਕਨ ਪੌਕਸ। ਹਿੰਦੁਸਤਾਨੀ ਲੋਕ ਉਸ ਸਮੇਂ ਤੋਂ ਪੋਤੇ ਪੂਜਦੇ ਆ ਰਹੇ ਆ, ਅੱਜ ਵੀ ਜਰਗ ਦੇ ਵੇਲੇ ਤੇ ਪੋਤੇ ਪੂਜੇ ਜਾਂਦੇ ਆ ਬਿਮਾਰੀ ਦੇ ਨਾਮ ਤੇ, ਕਿਉਂਕਿ ਇਹ ਹਰ ਗੱਲ ਨੂੰ ਤੁੱਕਾ ਲਾਉਂਦੇ ਨੇ, ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਵੀ ਕਿਸੇ ਮਨੁੱਖ ਦੀਆਂ ਇਸ਼ਾਵਾਂ ਦੇ ਖਿਲਾਫ ਕੁਝ ਵਾਪਰਦਾ, ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ। ਇਹਨੂੰ ਅਸੀਂ ਟੈਨਸ਼ਨ ਵੀ ਕਹਿੰਦੇ ਹਾਂ, ਚਿੰਤਾ ਵੀ ਕਹਿੰਦੇ ਹਾਂ, ਇੰਗਲਿਸ਼ ਵਿੱਚ ਡਿਪਰੈਸ਼ਨ ਕਹਿ ਲੈਂਦੇ ਨੇ। ਵੀ ਬੰਦੇ ਦੇ ਮਨ ਦੇ ਉੱਤੇ, ਫੁਰਨਿਆਂ ਦੇ ਉੱਤੇ ਉਹ ਪ੍ਰਭਾਵ ਪੈਂਦਾ ਜੋ ਉਹ ਚਾਹੁੰਦਾ ਉਹ ਹੋ ਨਹੀਂ ਰਿਹਾ। ਜਦੋਂ ਹੋ ਨਹੀਂ ਰਿਹਾ, ਉਹ ਵਿਚਾਰ ਕਰਕੇ ਪਰੇਸ਼ਾਨ ਹੁੰਦਾ। ਉਹ ਚੁੱਪ ਵੀ ਹੋ ਸਕਦਾ, ਉਹ ਬਹੁਤ ਬੋਲਣ ਵੀ ਲੱਗ ਸਕਦਾ, ਉਹ ਸਿਰ ਵੀ ਘੁਮਾਉਣ ਲੱਗ ਸਕਦਾ। ਤੇ ਸਾਡਾ ਇਲਾਜ ਕੀ ਹੈ? ਮੇਰਾ ਖਿਆਲ, ਮੈਂ ਜਿੱਥੇ ਥਾ ਕੇ ਵੀ ਵੇਖਿਆ, ਕਿਤੇ ਚਮਟਿਆਂ ਨਾਲ ਕੁੱਟਦੇ ਨੇ, ਕਿਤੇ ਸੰਗਲਾਂ ਨਾਲ ਕੁੱਟਦੇ ਨੇ, ਕਿਤੇ ਧੌਲੀ ਧਾਰ ਤੇ ਫੜ ਕੇ ਲੈ ਜਾਂਦੇ ਨੇ। 5% ਮਰੀਜ਼ ਠੀਕ ਹੁੰਦੇ ਨੇ, ਜੋ ਮੈਂ ਸਮਝਦਾ। ਕੁਝ ਵਿਚਾਰੇ ਨਾ ਹੁੰਦੇ ਆ ਬਹਾਨੇਬਾਜ਼ ਜੇ, ਕਈ ਕੰਮ ਤੋਂ ਬਚਣ ਦੇ ਮਾਰੇ ਵਾਢੀਆਂ ਦੇ ਦਿਨਾਂ ਵਿੱਚ 4 ਕੁ ਵਾਸੀਆਂ ਲਈਆਂ, ਵੀ ਉਸ ਪਾਸੇ ਮੈਂ ਨਹੀਂ ਜਾਣਾ, ਉਧਰੋਂ ਮੈਨੂੰ ਭੂਤ ਚਿੰਬੜ ਜਾਂਦਾ। ਘਰ ਦੇ ਕਹਿੰਦੇ ਚਲੋ ਤੂੰ ਮੰਜੇ ਤੇ ਪਿਆ ਰਿਹਾ, ਉਹ ਹਰ ਵਾਢੀਆਂ ਦੇ ਵਿੱਚ ਉਹੀ ਬਹਾਨਾ ਬਣਾ ਲੈਂਦਾ। ਇਹ ਸਾਡੇ ਪੰਜਾਬ ਦੇ ਨਾ ਖਾਸ ਕਰਕੇ ਜ਼ਿਮੀਂਦਾਰਾਂ ਨਾਲ ਜੁੜਿਆ ਹੋਇਆ ਸੀਗਾ ਕਿ ਇਹ ਬਹੁਤ ਸਾਰੇ ਇਹੋ ਜਿਹੇ ਭਰਮਾਂ ਵਿੱਚ ਬਹਾਨੇ ਬੁਨੇ ਬਣਾ ਕੇ ਵੀ ਆਪਦਾ ਬੁੱਤਾ ਸਾਫ ਲੈਂਦੇ ਸਨ। ਦਰਅਸਲ ਨਾ ਕੁਛ ਚਿੰਬੜਦਾ, ਨਾ ਕੁਛ ਕੁੱਟਣ ਨਾਲ ਨਿਕਲਦਾ। ਇਹ ਮਾਨਸਿਕ ਰੋਗੀਆਂ ਨੂੰ ਸਿੱਧਾ ਜਿਹਾ ਢੰਗ ਸਾਡੇ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਇਹਨਾਂ ਨੇ ਹੱਲ ਸੋਚ ਲਿਆ ਵੀ ਕੁੱਟ ਕੇ ਭੂਤ ਕੱਢੀ ਲੈ। ਜੇ ਹਵਾ ਹੈ, ਹਵਾ ਨੂੰ ਕੁੱਟਣ ਦੀ ਕੀ ਲੋੜ ਹੈ? ਦਰਅਸਲ ਜਦੋਂ ਮਨੁੱਖ ਮਨ ਕਰਕੇ ਕਮਜ਼ੋਰ ਹੁੰਦਾ, ਇਹ ਜਿਹੜੀ ਅਸੀਂ ਬਾਣੀ ਪੜ੍ਹਨ ਵਾਸਤੇ ਸਿੰਘ ਸਾਹਿਬ ਵੀ ਕਹਿ ਕੇ ਗਏ ਨੇ ਨਾ, ਅਸੀਂ ਕਈ ਵਾਰੀ ਸਾਡਾ ਸਮਾਜ ਇਹ ਸੋਚਦਾ ਵੀ ਅਸੀਂ ਬਾਣੀ ਕਿਉਂ ਪੜ੍ਹੀਏ, ਜਾਂ ਪਾਠੀ ਸਿੰਘ ਪੜ੍ਹਨ, ਜਾਂ ਗ੍ਰੰਥੀ ਸਿੰਘ ਪੜ੍ਹਨ, ਜਾਂ ਕੀਰਤਨੀਏ ਪੜ੍ਹਨ, ਜਾਂ ਪ੍ਰਚਾਰਕ ਸਿੰਘ ਪੜ੍ਹਨ। ਦਰਅਸਲ ਬਾਣੀ ਸਾਡੇ ਮਨ ਦੀ, ਸਾਡੀ ਰੂਹ ਦੀ ਸ਼ਕਤੀ ਹੈ। ਜੇ ਸਾਡੀ ਰਸਨਾ ਤੇ ਬਾਣੀ ਹੋਏਗੀ, ਇਹ ਜਿੰਨੇ ਡਰ ਨੇ ਇਹ ਸਾਡੇ ਫੁਰਨਿਆਂ ਦੇ ਵਿੱਚ ਨੇ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਰਾਤ ਨੂੰ ਕੋਈ ਵੀ ਚੀਜ਼ ਕਿਸੇ ਨੂੰ ਨਹੀਂ ਡਰਾਉਂਦੀ। ਜਦੋਂ ਵੀ ਡਰਦਾ ਮਨੁੱਖ ਆਪਣੇ ਪੁਰਨਿਆਂ ਤੋਂ ਡਰਦਾ, ਉਹਦਾ ਮਨ ਹੀ ਉਹਨੂੰ ਡਰਾਉਣਾ ਸ਼ੁਰੂ ਕਰ ਦਿੰਦਾ। ਬਾਹਰੋਂ ਕੋਈ ਚੀਜ਼ ਨਹੀਂ ਡਰਾਉਂਦੀ। ਆਪਾਂ ਸਾਰੇ ਖੇਤਾਂ ਵਾਲੇ ਬੈਠੇ, ਅਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਰਹੇ ਹਾਂ, ਭਾਵੇਂ ਅਸੀਂ ਹੁਣ ਸ਼ਹਿਰ 'ਚ ਰਹਿੰਦੇ ਹਾਂ, ਇਹ ਅਸੀਂ ਸਾਰੇ ਸਪਸ਼ਟ ਹਾਂ। ਕਦੇ ਕਿਸੇ ਬਾਹਰੋਂ ਚੀਜ਼ ਨੇ ਨਹੀਂ ਬੰਦੇ ਨੂੰ ਡਰਾਇਆ। ਜਦੋਂ ਵੀ ਮਨੁੱਖ ਡਰਿਆ, ਉਹ ਆਪੇ ਸੋਚ ਸੋਚ ਕੇ ਡਰਦਾ, ਆਪਣੀਆਂ ਪੁਰਨਿਆਂ ਤੋਂ ਡਰਦਾ, ਔਰ ਦਿਨ ਦੇ ਵੇਲੇ ਨਹੀਂ ਡਰਦਾ, ਰਾਤ ਦੇ ਵੇਲੇ ਡਰਦਾ। ਦਿਨ ਦੇ ਵੇਲੇ ਜਿਹੜੇ ਖੂਹਾਂ ਖਾਤਿਆਂ ਛੱਪੜਾਂ ਤੇ ਤੁਰਿਆ ਫਿਰਦਾ, ਰਾਤ ਵੇਲੇ ਉਹਨਾਂ ਥਾਵਾਂ ਤੋਂ ਕਿਉਂ ਡਰਦਾ? ਹਨੇਰਾ, ਹਨੇਰਾ ਆਪਣੇ ਆਪ ਵਿੱਚ ਇੱਕ ਡਰ ਹੈ ਕਿ ਅਸੀਂ ਇੱਕ ਰੱਸੇ ਨੂੰ ਵੀ ਸਭ ਸਮਝ ਲੈਂਦੇ ਹਾਂ, ਅਸੀਂ ਇੱਕ ਅਵਾਰਾ ਗਾਂ ਨੂੰ ਵੀ ਭੂਤ ਪ੍ਰੇਤ ਦੀ ਕਲਪਨਾ ਕਰ ਲੈਂਦੇ ਹਾਂ। ਇਹ ਡਰ ਅਸਲ ਵਿੱਚ ਸਾਡਿਆਂ ਖਿਆਲਾਂ ਵਿੱਚ ਬੈਠੇ ਹੁੰਦੇ ਆ, ਜਿਵੇਂ ਸਾਡੇ ਛੱਪੜਾਂ ਨਾਲ, ਨਹਿਰਾਂ ਨਾਲ, ਖੇਤਾਂ ਨਾਲ ਨਾ, ਤੁਸੀਂ ਕਿਸੇ ਵੀ ਥਾਂ ਤੇ ਚਲੇ ਜਾਓ, ਲੋਕਾਂ ਦੇ ਜੁੜੇ ਹੋਏ ਹੁੰਦੇ ਨੇ। ਮਾਲਵੇ ਵਾਲਿਆਂ ਦੇ ਆਪਣੇ ਜੁੜੇ ਨੇ, ਮਾਝੇ ਵਾਲਿਆਂ ਦੇ ਆਪਣੇ, ਤੁਹਾਡੇ ਪਿੰਡ ਦੇ ਆਪਣੇ ਡਰ ਹੋਣਗੇ।
ਤੁਹਾਡੇ ਖੂਹਾਂ ਤੋਂ ਛੱਪੜਾਂ ਤੋਂ ਅਸੀਂ ਚੁੱਪ ਕਰਕੇ ਲੰਘ ਜਾਵਾਂਗੇ, ਕਿਉਂਕਿ ਮੈਨੂੰ ਕੋਈ ਨਹੀਂ ਪਤਾ ਤੁਹਾਡਾ ਛੱਪੜ ਕਿੱਧਰ ਹੈ, ਸ਼ਮਸ਼ਾਨ ਘਾਟ ਕਿੱਧਰ ਹੈ, ਤੁਹਾਡੇ ਮੋੜਾਂ ਦੇ ਭਰਮ ਕਿਸੇ ਦੇ ਹੋ ਸਕਦੇ ਨੇ। ਅਸੀਂ ਜਿਹੜੇ ਦੂਸਰੇ ਇਲਾਕੇ ਵਾਲੇ ਲੋਕ ਹਾਂ, ਅਸੀਂ ਚੁੱਪ ਕਰਕੇ ਉਹਨਾਂ ਥਾਵਾਂ ਥਾਣੀ ਲੰਘ ਜਾਣਾ, ਪਰ ਤੁਹਾਡੇ ਪਿੰਡ ਦਾ ਬੰਦਾ ਜਦ ਉਸ ਥਾਂ ਤੋਂ ਵੀ ਲੰਘੇਗਾ, ਉਹਦੇ ਮਨ ਵਿੱਚ ਉਹ ਡਰ ਆਉਣਾ ਕਿ ਇਸ ਟਾਹਲੀ ਕੋਲੋਂ ਫਲਾਨਾ ਬੰਦਾ ਡਰਾਉਂਦਾ, ਇਸ ਛੱਪੜ ਵਿੱਚ ਫਲਾਨਾ ਡੁੱਬ ਕੇ ਮਰਿਆ ਸੀ, ਇਸ ਖੂਹ ਤੋਂ ਫਲਾਨੇ ਦੀਆਂ ਆਵਾਜ਼ਾਂ ਆਉਂਦੀਆਂ, ਇਹ ਆਵਾਜ਼ਾਂ ਮੈਨੂੰ ਨਹੀਂ ਸੁਣਨਗੀਆਂ, ਇਹ ਤੁਹਾਨੂੰ ਇਸ ਲਈ ਸੁਣਨਗੀਆਂ ਕਿਉਂਕਿ ਤੁਹਾਡੇ ਪੁਰਨਿਆਂ ਵਿੱਚ ਉਹ ਗੱਲਾਂ ਆ ਚੁੱਕੀਆਂ ਨੇ, ਤੁਹਾਨੂੰ ਉਹਨਾਂ ਥਾਵਾਂ ਬਾਰੇ ਪਤਾ, ਪਰ ਮੇਰੇ ਪਿੰਡ ਦੇ ਪੁਰਨਿਆਂ ਤੋਂ ਮੈਂ ਡਰਾਂਗਾ, ਤੁਸੀਂ ਨਹੀਂ ਡਰਾਉਂਗੇ, ਕਿਉਂਕਿ ਤੁਹਾਨੂੰ ਮੇਰੇ ਪਿੰਡ ਦੇ ਛੱਪੜ ਬਾਰੇ, ਸ਼ਮਸ਼ਾਨ ਘਾਟ ਬਾਰੇ ਨਹੀਂ ਪਤਾ, ਤੁਸੀਂ ਚੁੱਪ ਕਰਕੇ ਰਾਤ ਨੂੰ ਵੀ ਉੱਥੋਂ ਦੀ ਲੰਘ ਜਾਓਗੇ, ਮੇਰਾ ਜਾਤੀ ਤਜਰਬਾ। ਇਹ ਡਰ ਜਿਹੜੀ ਜਗ੍ਹਾ ਨੂੰ ਅਸੀਂ ਜਾਣਦੇ ਉੱਥੇ ਜਾ ਕੇ ਡਰ ਪੈਦਾ ਹੁੰਦਾ। ਮੈਂ ਵਿਦਿਆਰਥੀਆਂ ਨੂੰ ਅਕਸਰ ਕਹਿੰਦਾ ਹੁੰਦਾ, ਬਹੁਤ ਸਾਰੇ ਬੱਚੇ ਹੋਸਟਲਾਂ 'ਚ ਕਹਿੰਦੇ ਨੇ ਸਾਨੂੰ ਰਾਤ ਨੂੰ ਸੁਪਨੇ ਆਉਂਦੇ, ਸਾਨੂੰ ਡਰ ਹੁੰਦਾ। ਮੈਂ ਕਹਿੰਦਾ ਜਿਹੜਾ ਸੋਲਾ ਪਾਣੀ ਦਾ ਪਾਠ ਹੈ ਨਾ, ਇਹ ਸਾਨੂੰ ਡਰ ਮੁਕਤ ਕਰਦਾ। ਅਭਿਆਸ ਬਣਾ ਕੇ ਦੇਖੋ, ਜੇਕਰ ਕੋਈ ਸੋਲਾ ਪਾਣੀ ਨਹੀਂ ਪੜ ਸਕਦਾ, ਘੱਟੋ ਘੱਟ ਮੂਲ ਮੰਤਰ ਦੇ ਪਾਠ ਕਰਕੇ ਫਤਿਹ ਬੁਲਾ ਕੇ ਸੌਂ ਜਾਓ, ਕੋਈ ਡਰ ਨਹੀਂ ਆਏਗਾ। ਤੁਹਾਡੇ ਕੋਲੇ ਪਾਣੀ ਦੀ ਸ਼ਕਤੀ ਹੋਊਗੀ, ਪਾਣੀ ਨੂੰ ਅਸੀਂ ਸ਼ਕਤੀ ਰੂਪ ਵਿੱਚ ਮੰਨੀਏ ਤਾਂ ਜਿੱਤੜੇ ਫਲਮਨ ਪੰਛੀ ਹੈ ਤਿੱਤੜੇ ਸਤਿਗੁਰ ਪਾਸ, ਇਹ ਸਾਨੂੰ ਆਪਣੇ ਮਨ ਵਿੱਚ ਪ੍ਰਪੱਕ ਕਰਨਾ ਪਏਗਾ। ਕਿਉਂਕਿ ਅਸੀਂ ਜੇ ਤਵੀਤ ਪਾਉਂਦੇ ਹਾਂ, ਤਵੀਤ ਮੈਲਾ ਵੀ ਹੁੰਦਾ ਟੁੱਟਦਾ ਵੀ ਹੈ, ਤਾਂ ਜਿਹੜਾ ਸ਼ਬਦ ਹੈ, ਸ਼ਬਦ ਦੀ ਸ਼ਕਤੀ ਇਸ ਲਈ ਹੈ ਕਿ ਸ਼ਬਦ ਨਾ ਮੈਲਾ ਹੋਵੇ ਨਾ ਟੁੱਟੇ, ਸਾਡੀ ਸੋਚ ਵਿੱਚ ਹੋਏਗਾ, ਸਾਡੇ ਫੁਰਨੇ ਵਿੱਚ ਹੋਏਗਾ, ਸਾਡੇ ਚਿੱਤ ਵਿੱਚ ਹੋਏਗਾ, ਸਾਡੇ ਖਿਆਲਾਂ ਵਿੱਚ ਹੋਏਗਾ, ਸਾਡੀ ਰਸਨਾ ਤੇ ਹੋਏਗਾ। ਇਹਨੂੰ ਟੁੱਟਣ ਦਾ ਡਰ ਨਹੀਂ, ਇਹਨੂੰ ਮੈਲਾ ਹੋਣ ਦਾ ਡਰ ਨਹੀਂ, ਇਹਨੂੰ ਭੱਜਣ ਦਾ ਡਰ ਨਹੀਂ, ਤੇ ਸ਼ਬਦ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ। ਇਸ ਲਈ ਮਨ ਦੀ ਖੁਰਾਕ ਸਤਿਗੁਰੂ ਦੀ ਬਾਣੀ ਹੈ, ਭਰੋਸਾ ਅਕਾਲ ਪੁਰਖ ਦੇ ਰੱਖੀਏ,